ਤੁਸੀਂ ਦੇਖ ਰਹੇ ਹੋ ਦੈਨਸਾ ਟੀ ਵੀ, ਮੈਂ ਹਾਂ ਸੰਦੀਪ ਸ਼ਰਮਾ। 2 ਫਰਵਰੀ ਨੂੰ ਗਿੱਪੀ ਗਰੇਵਾਲ ਦੇ ਪ੍ਰਸ਼ੰਸਕ ਕਾਫੀ ਦੇਰ ਤੋਂ ਇੰਤਜ਼ਾਰ ਕਰਦੇ ਸੀ ਕਿਉਂਕਿ ਅੱਜ ਪੰਜਾਬ ਦੇ ਸਾਰੇ ਸਿਨੇਮਾਘਰਾਂ ਦੇ ਵਿੱਚ ਵਾਰਨਿੰਗ 2 ਫਿਲਮ ਲੱਗਣ ਵਾਲੀ ਹੈਗੀ, ਲੱਗ ਗਈ ਹੈ। ਕਾਫੀ ਦੇਰ ਤੋਂ ਇੰਤਜ਼ਾਰ ਸੀ ਪ੍ਰਸ਼ੰਸਕ ਜਿਹੜੀ ਗਿੱਪੀ ਗਰੇਵਾਲ ਦੀ ਫਿਲਮ ਦਾ ਵਾਰਨਿੰਗ 2 ਦਾ ਇੰਤਜ਼ਾਰ ਕਰਦੇ ਸੀ, ਤਾਂ ਲੋਕਾਂ ਨੇ ਇੱਕ ਦਿਨ ਪਹਿਲਾਂ ਹੀ ਐਡਵਾਂਸ ਬੁਕਿੰਗ ਕਰਾ ਲਈ ਇਸ ਫਿਲਮ ਦੀ, ਕਿਉਂਕਿ ਕਾਫੀ ਦੇਰ ਤੋਂ ਇੰਤਜ਼ਾਰ ਕਰਦੇ ਸੀ ਫਿਲਮ ਕਦੋਂ ਲੱਗੇ। ਤਾਂ ਗਿੱਪੀ ਗਰੇਵਾਲ ਦੇ ਉਸ ਕਲਾਈਮੈਕਸ ਦੇਖਣ ਨੂੰ ਫਿਲਮ ਦਿਖਾਈ, ਕਿਉਂਕਿ ਪ੍ਰਿੰਸ ਕਵਲਜੀਤ ਸਿੰਘ ਜਿਹੜੀ ਐਕਟਿੰਗ ਲੋਕ ਕਾਫੀ ਸਰਾਹ ਰਹੇ ਸੀ, ਤਾਂ ਇਸ ਫਿਲਮ ਦੇ ਵਿੱਚ ਕੀ ਉਹ ਖਾਸ ਕਰਨਾ ਤੇ ਅਤੇ ਇਹ ਇਸ ਦੇ ਨਾਲ ਰਾਹੁਲ ਦੇਵ ਦੀ ਜਿਹੜੀ ਐਂਟਰੀ ਕੀਤੀ ਗਈ ਆ ਇੰਸਪੈਕਟਰ ਰਣਜੀਤ ਦੇ ਨਾਮ 'ਤੇ, ਜਿਹੜੀ ਅਦਾਕਾਰ ਦੀ ਭੂਮਿਕਾ ਨਿਭਾ ਰਿਹਾ, ਕਿਸ ਤਰ੍ਹਾਂ ਦੀ ਐਕਟਿੰਗ, ਕਿਉਂਕਿ ਇਹ ਫਿਲਮ ਕਾਫੀ ਜਿਹੜਾ ਟੀਜ਼ਰ ਜਦੋਂ ਆਇਆ ਸੀ ਤਾਂ ਲੋਕਾਂ ਨੇ ਕਾਫੀ ਸਰਾਹਿਆ ਅਤੇ 3 ਮਿਲੀਅਨ ਤੋਂ ਕਾਫੀ ਉੱਪਰ ਜਿਹੜੇ ਇਹਦੇ ਵਿਊ ਆ ਗਏ ਸੀ ਉਸ ਟਾਈਮ ਟੀਜ਼ਰ ਦੇ ਉੱਪਰ ਹੀ। ਤਾਂ ਤੁਸੀਂ ਇੱਥੋਂ ਹੀ ਅੰਦਾਜ਼ਾ ਲਗਾ ਸਕਦੇ ਸੀ ਜਿਹੜੇ ਪੰਜਾਬੀ ਫਿਲਮਾਂ ਦੇ ਜਿਹੜੇ ਪ੍ਰਸ਼ੰਸਕ ਹੈਗੇ ਆ, ਗਿੱਪੀ ਗਰੇਵਾਲ ਪ੍ਰਸ਼ੰਸਕ ਹੈ, ਇਸ ਫਿਲਮ ਨੂੰ ਕਾਫੀ ਦੇਰ ਤੋਂ ਇੰਤਜ਼ਾਰ ਕਰਦੇ ਸੀ। ਤੋ ਅੱਜ 2 ਫਰਵਰੀ ਹੈ, ਪੰਜਾਬ ਦੇ ਸਾਰੇ ਸਿਨੇਮਾਘਰਾਂ ਦੇ ਵਿੱਚ ਵਾਰਨਿੰਗ 2 ਲੱਗੀ ਹੈ। ਇਹ ਉਹ ਪੋਸਟਰ ਹੈ ਜਿਹੜੇ ਹਰ ਨੌਜਵਾਨ ਨੂੰ ਇਸ ਫਿਲਮ ਦਾ ਇੰਤਜ਼ਾਰ ਸੀ, ਅਤੇ ਗਿੱਪੀ ਗਰੇਵਾਲ ਦੀ ਖੁਦ ਪ੍ਰੋਡਿਊਸ ਕੀਤੀ ਫਿਲਮ ਹੈ, ਔਰ ਅੰਦਾਜ਼ ਸੀ ਕਿ ਅਮਰ ਹੁੰਦਲ ਦੀ ਇਹ ਡਾਇਰੈਕਟ ਫਿਲਮ ਕੀਤੀ ਹੈ। ਬਾਲੀਵੁੱਡ ਫਿਲਮਾਂ ਨੂੰ ਇਹ ਮਾਰ ਦਿੰਦੀ ਫਿਲਮ ਵਾਰਨਿੰਗ 2 ਅੱਜ ਪੰਜਾਬ ਦੇ ਸਾਰੇ ਸਿਨੇਮਾਘਰਾਂ ਦੇ ਲੱਗੀ ਹੈ, ਅਤੇ ਗਿੱਪੀ ਗਰੇਵਾਲ ਦਾ ਖੁਦ ਇਹ ਪ੍ਰੋਡਿਊਸ ਕੀਤੀ ਹੈ ਫਿਲਮ ਹੈ, ਔਰ ਪ੍ਰਿੰਸ ਕਵਲ ਜੀ ਦੇ ਨਾਲ ਨਾਲ ਦੱਸਦੀ ਹੈ ਕਿ ਜਿਹੜੀ ਇਸਦੇ ਹੋਰ ਅਦਾਕਾਰ ਹੈ ਰਾਹੁਲ ਦੇਵ, ਜਿਹੜੇ ਬਾਲੀਵੁੱਡ ਦੇ ਕਾਫੀ ਮਜੇ ਹੋਏ ਅਦਾਕਾਰ ਹੈਗੇ ਆ, ਅਤੇ ਕਾਫੀ ਦੇਰ ਤੋਂ ਇੰਤਜ਼ਾਰ ਸੀ ਗਿੱਪੀ ਗਰੇਵਾਲ ਦੀ ਜਿਹੜੀ ਪ੍ਰੋਡਿਊਸ ਕੀਤੀ ਖੁਦ ਦੀ ਫਿਲਮ, ਔਰ ਖੁਦ ਮੇਨ ਲੀਡ ਰੋਲ ਦੇ ਵਿੱਚ ਅਦਾਕਾਰ ਗਿੱਪੀ ਗਰੇਵਾਲ, ਕਾਫੀ ਦੇਰ ਤੋਂ ਕਾਮੇਡੀ ਫਿਲਮ ਕਰਦੇ, ਲੇਕਿਨ ਇਹ ਫਿਲਮ ਐਕਸ਼ਨ ਥ੍ਰਿਲਰ ਮੂਵੀ ਹੈਗੀ ਹੈ ਅਤੇ ਫੈਮਲੀ ਮੂਵੀ ਹੈ, ਹਰ ਬੰਦਾ ਇਸ ਫੈਮਲੀ ਦੇ ਕੇ ਇਹਨੂੰ ਦੇਖ ਸਕਦਾ ਹੈ, ਕਿਉਂਕਿ ਟ੍ਰੀਜ਼ਰ ਹੀ ਇੰਨਾ ਵਧੀਆ ਸੀ ਕਿ ਲੋਕਾਂ ਨੇ ਐਡਵਾਂਸ ਵੀ ਗਾਈ ਹੈ। ਤੋ ਆਓ ਗੱਲਬਾਤ ਕਰਦੇ ਹਾਂ ਦਰਸ਼ਕਾਂ ਨਾਲ, ਕਿਸ ਤਰ੍ਹਾਂ ਦੀ ਜਿਹੜੀ ਵਾਰਨਿੰਗ 2 ਲੱਗੀ ਹੈ ਔਰ ਕਿਸ ਤਰ੍ਹਾਂ ਦੀ ਐਕਟਿੰਗ ਉਹਨਾਂ ਨੂੰ ਪਸੰਦ ਆਈ ਹੈ, ਗਿੱਪੀ ਗਰੇਵਾਲ ਦੀ, ਪ੍ਰਿੰਸ ਕਵਲ ਜੀ ਦੇ ਨਾਲ ਰਾਹੁਲ ਦੇਵ ਜਿਹੜੀ ਐਂਟਰੀ ਹੋਈ ਹੈ ਇਸ ਫਿਲਮ ਦੇ ਵਿੱਚ, ਕਿਸ ਤਰ੍ਹਾਂ ਦੇ ਉਹਨਾਂ ਨੂੰ ਕਿਰਦਾਰ ਲੱਗੇ ਆ, ਆਓ ਗੱਲਬਾਤ ਕਰਦੇ ਹਾਂ ਦਰਸ਼ਕਾਂ ਨਾਲ। ਫਿਲਮ ਬਹੁਤ ਵਧੀਆ ਸੀ ਜੀ, ਫੈਮਲੀ ਵਾਲੀ ਆ, ਸਾਰੇ ਦੇਖਣ ਯੋਗ ਨੇ, ਐਕਸ਼ਨ ਮੂਵੀ ਆ। ਹਾਂ ਜੀ ਵਧੀਆ, ਬਹੁਤ ਵਧੀਆ ਜੀ। ਹੁਣ ਤਾਂ ਵੇਟ ਵਾਰਨਿੰਗ 3 ਦਾ ਜੀ, ਹਾਂਜੀ ਵਾਰਨਿੰਗ 3 ਦਾ ਵੇਟ ਆ ਜੀ, ਬਹੁਤ ਸੋਹਣੀ ਫਿਲਮ ਆ, ਐਨ ਆ ਸੁਪਰ ਡੁਪਰ ਹਿੱਟ ਮੂਵੀ। ਪੈਸੇ ਪੂਰੇ ਹੋ ਗਏ ਫਿਲਮ ਦੇ ਭਾਜੀ? ਮੈਂ ਕਹਿੰਦਾ ਬਹੁਤ ਜ਼ਿਆਦਾ ਜੀ, ਐਂਡ ਮੂਵੀ ਐਨ। ਅੱਛਾ, ਬਹੁਤ ਵਧੀਆ ਫਿਲਮ ਆ ਜੀ, ਬਹੁਤ ਵਧੀਆ ਐਕਸ਼ਨ ਫਿਲਮ ਆ, ਪੰਜਾਬੀ ਇੰਡਸਟਰੀ 'ਚ ਪਹਿਲੀ ਵਾਰ ਆਈ ਹੈ ਜੀ, ਬਾਲੀਵੁੱਡ ਨਾਲੋਂ ਹਟ ਕੇ ਆ ਜੀ, ਜਿਵੇਂ ਅੱਜ ਕੱਲ੍ਹ ਕਮੇਡੀ ਦਾ ਦੌਰ ਆ ਉਹਦੇ ਨਾਲੋਂ ਕਾਫੀ ਹਟ ਕੇ ਚੀਜ਼ ਹੈ ਜੀ। ਗਿੱਪੀ ਗਰੇਵਾਲ ਦੀ ਐਕਟਿੰਗ ਵਧੀਆ ਲੱਗੀ ਆ ਜਾਂ ਪ੍ਰਿੰਸ ਕਵਲ ਜੀ ਦੀ ਐਕਟਿੰਗ ਵਧੀਆ, ਰਾਹੁਲ ਦੇਵ ਦੀ? ਗਿੱਪੀ ਗਰੇਵਾਲ ਦੇ ਜੀ, ਕਾਫੀ ਵਧੀਆ ਲੱਗੀ। ਹਾਂਜੀ ਹਾਂਜੀ, ਧੀਰਜ ਕੁਮਾਰ ਦੀ ਐਕਟਿੰਗ ਬਹੁਤ ਸੋਹਣੀ ਆ, ਗਿੱਪੀ ਗਰੇਵਾਲ ਭਾਈ ਦੀ ਬਹੁਤ ਸੋਹਣੀ ਐਕਟਿੰਗ ਆ, ਸਾਰੀ ਫੈਮਲੀ ਆ ਉਹ ਫਿਲਮ ਦੇਖੋ। ਇਸ ਦਾ ਐਕਸਾ ਕਿ ਦਾ ਵਾਰਨਿੰਗ 1 ਨੂੰ ਵੇਖ, 2 ਦਾ ਕਾਫੀ ਕਰੇਜ਼ ਹੈ, ਬਹੁਤ ਜ਼ਿਆਦਾ ਕਰੇਜ਼ ਆ, 1 ਵੀ ਬਹੁਤ ਸੋਹਣੀ ਸੀ, 2 ਵੀ ਬਹੁਤ ਸੋਹਣੀ ਆ, ਤੀਸਰਾ ਪਾਰਟ ਵੀ ਆਊਗਾ ਤੇ ਬਹੁਤ ਸੋਹਣਾ। ਗਿੱਪੀ ਗਰੇਵਾਲ ਦੀ ਕਾਰਨ ਬਸ ਹੀ ਐਕਸ਼ਨ ਮੂਵੀ, ਹਾਂਜੀ ਤਾਂ ਬਿਲਕੁਲ ਦੇਖਣੇ ਵਾਲੀ ਹੈ ਜੀ, ਤਾਂ ਵਾਂਟਡ 3 ਵੀ ਆਣੇ ਵਾਲੀ, ਹੁਣ 3 ਵੀ ਆਣ ਵਾਲੀ, 3 ਆਣ ਜੀ, ਹਲੇ ਐਂਡ ਨਹੀਂ ਹੋਇਆ ਫਿਲਮ ਦਾ, 3 ਵੀ ਆਉਂਗੀ। ਓਕੇ, ਵਾਰਨਿੰਗ ਵੀ ਪਹਿਲਾਂ ਦੇਖੀ, ਪ੍ਰਿੰਸ ਕਮਲ ਜੀ ਦੀ ਐਕਟਿੰਗ ਬਹੁਤ ਵਧੀਆ, 2 'ਚ ਤਾਂ ਬਹੁਤ ਵਧੀਆ, ਹੁਣ 3 'ਚ ਦੇਖੋ ਕੀ ਕਰਦੇ ਆ ਜੀ। 3 ਵੀ ਆ ਰਹੀ ਹੈ, 3 ਵੀ ਆ ਰਹੀ ਹੈ, 3 ਵੀ ਆ ਗਈ। ਹਾਂਜੀ, ਐਂਡ 'ਤੇ ਲਿਖਿਆ ਹੋਇਆ ਜਿਵੇਂ ਆਪਾਂ KGF ਚੈਪਟਰ 2 ਦੇਖਿਆ, 3 ਲੱਗਦੇ, ਐਵੇਂ ਵਾਰਨਿੰਗ 3 ਦਾ ਹਿੰਟ ਛੱਡਿਆ ਹੋਇਆ ਪੂਰਾ ਜੀ। ਫਿਲਮ ਨੂੰ ਕਿਹੜੇ ਨੰਬਰ ਦੋਵੇਂ ਦੱਸਾਂ ਜੋ? 10/10। ਸੋ
ਦੱਸੋ, ਇਹ ਸਨ ਦਰਸ਼ਕ ਜਿਹੜੀ ਵਾਰਨਿੰਗ 2 ਫਿਲਮ ਦੇਖ ਕੇ ਆਇਆ ਅਤੇ ਕਾਫੀ ਦੇਰ ਤੋਂ ਇੰਤਜ਼ਾਰ ਸੀ ਵਾਰਨਿੰਗ 2 ਦਾ, ਅਤੇ ਵਾਰਨਿੰਗ ਤੋਂ ਦੇਖ ਤੋਂ ਬਾਅਦ ਵਾਰਨਿੰਗ 2 ਦਾ ਇੰਤਜ਼ਾਰ ਦੇ ਇਹ ਦਰਸ਼ਕ ਸੀ ਜਿਹਨਾਂ ਨੇ ਇਸ ਫਿਲਮ ਨੂੰ ਕਾਫੀ ਸਰਾਹਿਆ, ਅਤੇ ਹੁਣ ਵਾਰਨਿੰਗ 3 ਦਾ ਵੀ ਇਹ ਦਰਸ਼ਕ ਇੰਤਜ਼ਾਰ ਕਰੇ। ਕਦੋਂ ਉਹ ਸਮਾਂ ਆਏਗਾ ਜਦੋਂ ਗਿੱਪੀ ਗਰੇਵਾਲ ਦੀ ਪ੍ਰੋਡਿਊਸ ਕੀਤੀ ਫਿਲਮ ਜਿਹੜੀ ਵਾਰਨਿੰਗ 3 ਆਊਗੀ, ਤਾਂ ਦਰਸ਼ਕ ਉਸ ਮੂਵੀ ਨੂੰ ਫਿਰ ਦੇਖਣ ਸਿਨੇਮਾਘਰਾਂ ਦੇ ਵਿੱਚ, ਉੱਥੇ ਭੱਜ ਕੇ ਇਸ ਫਿਲਮ ਦੇਖਣਗੇ ਅਤੇ ਉਸ ਐਂਡ ਨੂੰ ਦੇਖਣਗੇ ਵੀ ਕਲਾਈਮੈਕਸ ਇਸ ਫਿਲਮ ਦਾ ਕੀ ਹੋਵੇਗਾ। ਕੈਮਰਾਮੈਨ ਬੋਬੀ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।